ਸਤਿਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਤਾਨਿਆ। ਗੁੱਡ ਨਿਊਜ਼ ਇਹ ਹੈ ਕਿ ਦਿਲਜੀਤ ਦੋਸਾਂਝ ਨਜ਼ਰ ਆਉਣਗੇ ਇੱਕ ਹੋਰ ਬਾਲੀਵੁੱਡ ਮੂਵੀ ਦੇ ਵਿੱਚ। ਗੁੱਡ ਨਿਊਜ਼ ਇਹ ਹੈ ਕਿ ਦਿਲਜੀਤ ਦੋਸਾਂਝ ਦੇ ਨਾਲ ਨਜ਼ਰ ਆਉਣਗੇ ਅਕਸ਼ੇ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ। ਗੁੱਡ ਨਿਊਜ਼ ਇਹ ਹੈ ਕਿ ਇਸ ਫਿਲਮ ਨੂੰ ਪ੍ਰੈਜ਼ੈਂਟ ਕੀਤਾ ਜਾਏਗਾ ਅੰਡਰ ਦ ਧਰਮਾ ਪ੍ਰੋਡਕਸ਼ਨਸ, ਯਾਨੀ ਕਿ ਕਰਨ ਜੌਹਰ ਇਸ ਫਿਲਮ ਨੂੰ ਪ੍ਰੈਜ਼ੈਂਟ ਕਰਨਗੇ। ਗੁੱਡ ਨਿਊਜ਼ ਇਹ ਹੈ ਕਿ ਇਸ ਫਿਲਮ ਨੂੰ ਡਾਇਰੈਕਟ ਕਰ ਰਿਹਾ ਰਾਜ ਮਹਿਤਾ। ਗੁੱਡ ਨਿਊਜ਼ ਇਹ ਹੈ ਕਿ ਇਸ ਫਿਲਮ ਦੀ ਰਿਲੀਜ਼ ਡੇਟ ਫਾਈਨਲ ਕਰ ਦਿੱਤੀ ਗਈ ਔਰ ਇਹ ਫਿਲਮ ਰਿਲੀਜ਼ ਹੋਏਗੀ 19 ਜੁਲਾਈ 2019 ਨੂੰ। ਔਰ ਗੁੱਡ ਨਿਊਜ਼ ਇਹ ਹੈ ਕਿ ਇਸ ਫਿਲਮ ਦਾ ਟਾਈਟਲ ਵੀ ਫਾਈਨਲ ਹੋ ਗਿਆ ਔਰ ਟਾਈਟਲ ਹੀ ਹੈ ਜੀ ਗੁੱਡ ਨਿਊਜ਼। ਇਸ ਫਿਲਮ ਵਿੱਚ ਦੋ ਕਪਲਸ ਦੀ ਲਾਈਫ ਨੂੰ ਦਿਖਾਇਆ ਜਾਏਗਾ। ਇੱਕ ਕਪਲ ਬਣੇਗਾ ਅਕਸ਼ੇ ਕੁਮਾਰ ਤੇ ਕਰੀਨਾ ਕਪੂਰ ਦਾ, ਜੋ ਕਿ ਪਰਦੇ ਤੇ 9 ਸਾਲ ਬਾਅਦ ਰੀਯੂਨਾਈਟ ਹੋ ਰਿਹਾ, ਔਰ ਦੂਜਾ ਕਪਲ ਬਣੇਗਾ ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਦਾ। ਇਹ ਫਿਲਮ ਫੈਮਿਲੀ ਪਲੈਨਿੰਗ ਦੇ ਕਾਨਸੈਪਟ ਦੇ ਉੱਤੇ ਬਣ ਰਹੀ ਹੈ। ਇਸ ਫਿਲਮ ਵਿੱਚ ਦੋਨੋਂ ਕਪਲਸ ਦੀ ਫੈਮਿਲੀ ਪਲੈਨਿੰਗ ਨੂੰ ਦਿਖਾਇਆ ਜਾਏਗਾ। ਇਹ ਇੱਕ ਲਾਫਟਰ ਰਾਈਡ ਹੋਣ ਵਾਲੀ ਹੈ। ਤਾਂ ਇਹ ਤਾਂ ਸੀ ਜੀ ਗੁੱਡ ਨਿਊਜ਼ ਇਸ ਫਿਲਮ ਦੇ ਨਾਲ ਰਿਲੇਟਡ। ਹੋਰ ਜ਼ਿਆਦਾ ਅਪਡੇਟਸ ਤੁਹਾਨੂੰ ਇਸ ਫਿਲਮ ਦੇ ਰਿਲੇਟਡ ਮਿਲਦੀਆਂ ਰਹਿਣਗੀਆਂ ਦੈਨਿਕ ਸਵੇਰਾ ਟੀਵੀ ਦੇ ਉੱਤੇ। ਐਂਡ ਫੋਰ ਮੋਰ ਬਾਲੀਵੁੱਡ ਐਂਡ ਪਾਲੀਵੁੱਡ ਅਪਡੇਟ, ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ।